हेलो फ्रेंड्स, वेलकम टू जेसिकास किचन। आज असं बना जा रहे हैं चाशनी वाले रसगुल्ले। हेलो गाइस, आज असं बना जा रहे हैं रसगुल्ले। पहले तो सबसे पहले मैदा। मैदा असं लवेंगे 3.5 टेबलस्पून। कॉर्नफ्लावर असं लवेंगे अरारोट 3.5 टीस्पून लवेंगे। और चीनी असी पीसी हुई ली है 300 ग्राम्स। अगर दानेदार चीनी हो तो फिर लवेंगे 325 ग्राम। एंड मिठा सोडा यानी कि बेकिंग सोडा ये असी लवेंगे 2 पिंच मिठा सोडा। सिरका असी दूध फटान ले लवेंगे क्योंकि असी इसकी छैना तैयार करांगे। पहला दूध दी दूध असी 2 लीटर्स दूध बॉयल होने रख दिता। कलरफुल फूड कलर्स जेड़ा थोड़ा ऑप्शनल है, अगर तुसी यूज़ करना चाहते हो तो ले सकते हो, अदरवाइज इट्स नॉट कंपलसरी। सब तो पहला असी दूध नू बॉयल करके, जिस टाइम बॉयल आएगा असी फ्लेम ऑफ करके दूध नू 1 मिनट ले रेस्ट दे के ते फिर असी इहदे विच सिरका जां नींबू जो भी तुसी पा के ते दूध नू फुटा सकते हो। दैन असी इहनू फिर अच्छी तरह, जिस तरह स्पोंजी रसगुल्लिआं विच असी पहला इहनू अच्छी तरह वॉश कीता सीगा, छैना नू पनीर नू असी चंगी तरह धो लांगे। पनीर दे हुण असी इहदे विच ही बाकी इनग्रीडियंट्स पावांगे। सब तो पहला असी इहदे विच पावांगे मैदा जिहड़ा कि 3.5 टीस्पून लिया होया। फिर असी पावांगे कॉर्नफ्लावर एंड बेकिंग सोडा। इहनां तिन्नां नूं असी पा के अच्छी तरह इहनां नूं असी स्मूथ बिल्कुल रेडी करांगे, ਜਿਹੜਾ ਬਿਲਕੁਲ ਸਮੂਥ ਡੋ ਬਣ ਜਾਏ। ਤਕਰੀਬਨ 10 ਮਿੰਟ ਅਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਮਿਕਸ ਕਰਾਂਗੇ, ਫਿਰ ਇਹਦਾ ਸਮੂਥ ਪੇਸਟ ਬਣੇਗਾ। ਕਾਫੀ ਮੈਸ਼ ਕਰਨ ਤੋਂ ਬਾਅਦ ਪਨੀਰ ਹੁਣ ਬੜਾ ਅੱਛਾ ਸਾਡੀ ਛੈਨਾ ਬਣ ਗਈ ਇਹਦੀ ਰਸਗੁੱਲਿਆਂ ਲਈ। ਇਹਦੇ ਵਿੱਚ ਹੁਣ ਜਿਸ ਤਰ੍ਹਾਂ ਅਸੀਂ ਫੂਡ ਕਲਰ ਐਡ ਕਰਨੇ ਹੈ ਤਾਂ ਅਸੀਂ ਇਹਦੇ ਵਿੱਚ ਇਹਦੇ 3 ਪਾਰਟਸ ਕਰ ਦਿੱਤੇ ਆ। 2 ਪਾਰਟਸ ਅਸੀਂ ਅਲੱਗ ਕਰਕੇ ਪਹਿਲਾਂ 1 ਪਾਰਟ ਨੂੰ ਅਸੀਂ ਕਲਰ ਇਹਦੇ ਵਿੱਚ ਪਾਵਾਂਗੇ ਫੂਡ ਕਲਰ। ਓਕੇ, ਇਹਦੇ ਵਿੱਚ ਅਸੀਂ ਅਸੀਂ ਯੈਲੋ ਕਲਰ ਦੇ ਬਣਾ ਰਹੇ ਹਾਂ। ਸੋ ਹੁਣ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਾਂਗੇ। ਓਕੇ, ਇਹਦੇ ਵਿੱਚ ਅਸੀਂ ਪਾਇਆ ਸੀ ਯੈਲੋ ਫੂਡ ਕਲਰ, ਹੁਣ ਇਹ ਯੈਲੋ ਔਰੇਂਜਿਸ਼ ਇਹਦੀ ਲੁੱਕ ਆ ਗਈ ਹੈ। ਇਹ ਅਸੀਂ ਰਸਗੁੱਲੇ ਦੇ ਤਿਆਰ ਕਰਾਂਗੇ। ਇਹਨੂੰ ਹਜੇ ਸਾਈਡ 'ਤੇ ਰੱਖ ਦਿੰਦੇ ਹਾਂ। ਹੁਣ ਇਹਦੇ ਅਸੀਂ ਦੂਸਰੇ ਡੋ ਵਿੱਚ ਗ੍ਰੀਨ ਕਲਰ ਪਾਵਾਂਗੇ ਕਿਉਂਕਿ ਜੈਸਿਕਾ ਕਲਰਫੁੱਲ ਰਸਗੁੱਲੇ ਖਾਣਾ ਔਰ ਬਣਾਉਣਾ ਚਾਹੁੰਦੀ ਹੈ। ਓਕੇ, ਜੈਸਿਕਾ ਨੇ ਬਹੁਤ ਅੱਛੇ ਬੋਲਸ ਬਣਾ ਰਹੀ ਹੈ ਰਸਗੁੱਲੇ ਲਈ, ਕਲਰਫੁੱਲ ਬੋਲਸ, ਔਰ ਬੜੇ ਅੱਛੇ ਸਮੂਥ ਬੋਲਸ ਬਣੇ ਆ, ਕਿਸੇ ਵਿੱਚ ਕੋਈ ਕਰੈਕ ਨਹੀਂ ਹੈ। ਔਰ ਦੂਸਰੇ ਪੈਨ ਵਿੱਚ ਅਸੀਂ ਸ਼ੂਗਰ ਡਾਲਤੀ ਹੈ, ਸ਼ੂਗਰ ਪਾ ਕੇ ਅਤੇ ਨਾਲ ਹੀ ਅਸੀਂ 1 ਕੱਪ ਪਾਣੀ ਪਾ ਦਾਂਗੇ ਔਰ ਇਹਦੀ ਚਾਸ਼ਨੀ ਰੈਡੀ ਕਰਾਂਗੇ। 1 ਬੋਇਲ ਆਉਣ ਤੋਂ ਬਾਅਦ ਫਿਰ ਅਸੀਂ ਇਹਦੇ ਵਿੱਚ ਥੋੜ੍ਹਾ ਜਿਹਾ ਨਿੰਬੂ ਪਾਵਾਂਗੇ 1/2 ਟੀਸਪੂਨ, ਤਾਂ ਕਿ ਚਾਸ਼ਨੀ ਸਾਡੀ ਬਿਲਕੁਲ ਥਿੱਕ ਹੋ ਕੇ ਜੰਮ ਨਾ ਜਾਵੇ, ਰਿਜਣੀ ਸਟਾਰਟ ਹੋ ਜਾਏ। ਫਿਰ ਅਸੀਂ ਇਹਦੇ ਵਿੱਚ ਨਿੰਬੂ ਪਾ ਦਾਂਗੇ ਤਾਂ ਕਿ ਇਹ ਡਰਾਈ ਨਾ ਹੋਵੇ ਬਿਲਕੁਲ ਵੀ ਨਾ। ਅਸੀਂ ਇਹਦੇ ਵਿੱਚ 1/2 ਟੀਸਪੂਨ ਨਿੰਬੂ ਦਾ ਪਾ ਦਿੱਤਾ ਔਰ ਹੁਣ ਅਸੀਂ ਇਹਦੇ ਵਿੱਚ ਬੋਲਸ ਪਾਉਣੇ ਸਟਾਰਟ ਕਰਾਂਗੇ। ਓਕੇ, ਅਸੀਂ ਹੁਣ ਇਹਨੂੰ ਇਹਦੀ ਫਲੇਮ ਥੋੜ੍ਹੀ ਹਜੇ ਬਿਲਕੁਲ ਉਹੀ ਫਾਸਟ ਹੀ ਰੱਖਾਂਗੇ। ਇਹਦੇ ਵਿੱਚ ਅਸੀਂ 2 ਇਲਾਇਚੀ ਕੁੱਟ ਕੇ ਪਾਵਾਂਗੇ ਹੁਣ ਚਾਸ਼ਨੀ ਵਿੱਚ ਹੀ, ਇਸ ਤਰ੍ਹਾਂ ਥੋੜ੍ਹਾ ਇਹਨੂੰ ਮਿਕਸ ਕਰਾਂਗੇ ਅਸੀਂ। ਓਕੇ ਫਰੈਂਡਸ, ਅਸੀਂ ਇਹਨੂੰ 7 ਮਿੰਟਸ ਕੁੱਕ ਕਰਨ ਤੋਂ ਬਾਅਦ ਵਿੱਚ ਥੋੜ੍ਹਾ ਜਿਹਾ ਅਸੀਂ 1 ਟੀਸਪੂਨ ਅਸੀਂ ਪਾਣੀ ਦਾ ਪਾਵਾਂਗੇ ਤਾਂ ਕਿ ਜ਼ਿਆਦਾ ਥਿੱਕ ਨਾ ਹੋਏ। ਆਫਟਰ 13 ਮਿੰਟਸ ਅਸੀਂ ਫਲੇਮ ਔਫ ਕਰ ਦਿੱਤੀ ਹੈ ਐਂਡ ਹੁਣ ਰਸਗੁੱਲੇ ਜਦੋਂ ਤੱਕ ਠੰਡੇ ਹੋਣਗੇ ਫਿਰ ਅਸੀਂ ਇਹਨਾਂ ਨੂੰ ਚਾਸ਼ਨੀ ਵਿੱਚੋਂ ਨਿਕਾਲ ਕੇ ਅਤੇ ਸਰਵਿੰਗ ਡਿਸ਼ ਵਿੱਚ ਪਾਵਾਂਗੇ। ਰਸਗੁੱਲੇ ਸਾਡੇ ਰੈਡੀ ਹੈ, ਚਾਸ਼ਨੀ 'ਚੋਂ ਅਸੀਂ ਨਿਕਾਲ ਲਿਆ, ਹੁਣ ਅਸੀਂ ਇਹਨਾਂ ਉੱਪਰ ਪਿਸਤਾ ਪਾਊਡਰ ਪਾ ਕੇ ਇਹਨਾਂ ਨੂੰ ਸਰਵ ਕਰਾਂਗੇ।